ਭਾਵ ਨਿਰਵੈਰਤਾ ਨਾਲ, ਇਕਾਗਰਤਾ ਨਾਲ
ਅਤੇ ਪੂਰੇ ਪ੍ਰਾਣਾਂ ਤੋਂ ਜਿਸ ਨੇ ਦਿੱਤਾ ਹੋਵੇ ਉਸਨੂੰ ਗੁਰੂ ਹੀ ਆਖਿਆ ਜਾ ਸਕਦਾ ਹੈ ਅਤੇ ਗੁਰੂ ਹੀ ਕੇਵਲ ਦਾਤਾ ਹੈ। ਆਮ ਮਨੁੱਖ ਨੂੰ ਜੇ ਦੇਖੀਏ ਦੇਣ ਦਾ ਸੁਭਾਅ ਤਾਂ ਹੈ, ਦੇਣ ਜੋਗੀ ਸਮਰੱਥਾ ਵੀ ਹੋਵੇ, ਪਰ ਕੋਈ ਮਨੁੱਖ ਐਸਾ ਹੋਵੇ ਜਿਸ ਨੂੰ ਹੁਣੇ ਦਿੱਤਾ ਹੋਵੇ ਅਗਲੇ ਪਲਕ ਫਿਰ ਆ ਜਾਏ ਬਈ ਮੇਰੀਆਂ ਲੋੜਾਂ ਅਜੇ ਪੂਰੀਆਂ ਨਹੀਂ ਹੋਈਆਂ। ਇਸ ਤਰ੍ਹਾਂ ਦੋ ਚਾਰ ਦਿਨ ਲਗਾਤਾਰ ਹੀ ਆ ਜਾਏ ਅਤੇ ਫਿਰ ਉਹ ਮਿੱਤਰ, ਉਹ ਸਾਥੀ, ਉਹ ਰਿਸ਼ਤੇਦਾਰ ਕਹੀ ਦੇਵੇਗਾ ਬਈ ਸੱਜਣਾ, ਹੱਥ ਪੈਰ ਅਤੇ ਮਸਤਕ ਤੈਨੂੰ ਵੀ ਪਰਮਾਤਮਾ ਨੇ ਦਿੱਤਾ, ਇਸ ਲਈ ਦੋ ਚਾਰ ਵਾਰੀ ਤੇਰੀ ਮਦਦ ਕਰ ਦਿੱਤੀ ਹੈ, ਹੁਣ ਤੂੰ ਮੇਰੀ ਮਦਦ ਕਰ ਅਤੇ ਮੇਰੇ ਮਗਰੋਂ ਲੈ ਜਾ, ਹੁਣ ਮੈਨੂੰ ਤੇਰੀ ਮਦਦ ਦੀ ਲੋੜ ਹੈ। ਪਰ ਸਾਧ ਸੰਗਤ, ਗੁਰੂ ਐਸਾ ਦਾਤਾ ਹੈ, ਕੋਈ ਹਜ਼ਾਰਾਂ ਵਾਰ ਗੁਰੂ ਕੋਲੋਂ ਲੈ ਜਾਵੇ ਅਤੇ ਹਜ਼ਾਰਾਂ ਵਾਰ ਇਸ ਤਰ੍ਹਾਂ ਝੋਲੀ ਭਰਦਾ ਜਿਵੇਂ ਕੋਈ ਪਹਿਲੀ ਦਫਾ ਹੀ ਲੈਣ ਆਇਆ ਹੋਵੇ ਅਤੇ ਪਹਿਲੀ ਦਫਾ ਹੀ ਦਿੱਤਾ ਹੋਵੇ, ਨਵਾਂ ਜਿਵੇਂ ਕੋਈ ਆਇਆ ਹੋਵੇ ਅਤੇ ਨਵਾਂ ਮਨ ਬਣਾ ਕੇ ਦੇ ਰਿਹਾ ਹੋਵੇ। ਹਰ ਵਾਰੀ ਇਸ ਤਰ੍ਹਾਂ ਝੋਲੀ ਭਰਦਾ ਜਿਵੇਂ ਨਵਾਂ ਹੀ ਕੋਈ ਬੰਦਾ ਆਇਆ ਹੋਵੇ। ਮਹਾਰਾਜ ਜੀ ਦੇ ਬੜੇ ਗਹਿਰੇ ਬੋਲ ਨੇ, ਕਹਿੰਦੇ ਨੇ ਸਾਹਿਬ ਮੇਰਾ ਨੀਤ ਨਵਾਂ ਸਦਾ ਸਦਾ ਦਾਤਾ, ਕਦੀ ਨਾਰਾਜ਼ਗੀ ਨਹੀਂ ਪ੍ਰਗਟ ਕੀਤੀ ਬਈ ਇਤਨੀ ਵਾਰ ਤੈਨੂੰ ਦਿੱਤਾ ਹੈ ਅਤੇ ਫਿਰ ਕਿਉਂ ਆ ਗਿਆ। ਜੈਸੇ ਖੂਹ ਆਉਂਦਾ ਹੈ ਨਾ, ਉਸ ਵਿੱਚ ਜਿਤਨੀ ਵਾਰ ਕੋਈ ਖਾਲੀ ਬਰਤਨ ਪਾਵੇ ਉਹਦਾ ਸੁਭਾਅ ਹੈ ਭਰ ਕੇ ਹੀ ਭੇਜ ਦਿੰਦਾ। ਬਰਤਨ ਕਿਸੇ ਧਾਤੂ ਦਾ ਹੋਵੇ ਨਹੀਂ ਦੇਖਦਾ, ਕਿਸੇ ਆਕਾਰ ਦਾ ਹੋਵੇ ਨਹੀਂ ਦੇਖਦਾ, ਕਿਸੇ ਪ੍ਰਕਾਰ ਦਾ ਵੀ ਹੋਵੇ ਇਹ ਵੀ ਨਹੀਂ ਦੇਖਦਾ, ਬਸ ਉਹਦਾ ਸੁਭਾਅ ਹੈ ਭਰ ਕੇ ਹੀ ਭੇਜਣਾ, ਖਾਲੀ ਨਹੀਂ ਰਹਿਣ ਦੇ। ਗੁਰੂ ਇਸ ਤਰ੍ਹਾਂ ਦਾ ਹੀ ਦਾਤਾ ਹੈ ਸਾਧ ਸੰਗਤ। ਜਦ ਵੀ ਕੋਈ ਆਇਆ, ਕੋਈ ਹਿੰਦੂ ਆਵੇ, ਮੁਸਲਿਮ ਆਵੇ, ਦੁਨੀਆਂ ਦੇ ਕਿਸੇ ਮਜ਼ਹਬ ਨੂੰ ਮੰਨਣ ਵਾਲਾ ਆਵੇ, ਗੁਰੂ ਐਸਾ ਨਹੀਂ ਕਹਿੰਦਾ ਬਈ ਤੂੰ ਕਿਉਂ ਆਇਆ ਅਤੇ ਤੈਨੂੰ ਮੈਂ ਨਹੀਂ ਦੇ ਸਕਦਾ। ਬਲਕਿ ਇੱਥੇ ਹਰ ਰੋਜ਼ ਇਹ ਬੋਲ ਗੂੰਜਦੇ ਨੇ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਅਸੀਂ ਭਾਵੇਂ ਇਹ ਗੱਲ ਉੱਪਰੇ ਮਨੋਂ ਕਹਿੰਦੇ ਹੋਈਏ, ਪਰ ਸਤਿਗੁਰੂ ਵੀ ਨਾਲ ਸਾਡੇ ਬੋਲ ਰਹੇ ਹੁੰਦੇ ਨੇ, ਤੇਰੇ ਭਾਣੇ ਸਰਬੱਤ ਦਾ ਭਲਾ, ਅਤੇ ਸਤਿਗੁਰੂ ਅੰਦਰੋਂ ਬੋਲ ਰਹੇ ਹੁੰਦੇ। ਇੱਥੇ ਗੁਰੂ ਨੂੰ ਦਾਤਾ ਆਖਿਆ ਗਿਆ, ਗੁਰਦਾਤਾ। ਗੁਰ ਹਿਵੈ ਘਰ, ਹਿਵੈ ਤੋਂ ਭਾਵ ਹੈ ਠੰਡਕ ਦਾ ਘਰ ਹੈ। ਗੁਰੂ ਵਿੱਚ ਸ਼ਾਂਤੀ ਹੈ, ਸਕੂਨ ਹੈ, ਆਨੰਦ ਹੈ, ਖੇੜਾ ਹੈ, ਹੋਰ ਕਿਧਰੇ ਐਸਾ ਦਿਖਾਈ ਨਹੀਂ ਪਿਆ ਕਿ ਕੋਈ ਸੜਦੀ ਹੋਈ ਲੋਹ 'ਤੇ ਬੈਠ ਕੇ ਵੀ ਆਪਣੇ ਹਿਰਦੇ ਦੇ ਹਿਵੈ ਘਰ ਹੋਣ ਦਾ ਇਹਨਾਂ ਬੋਲਾਂ ਰਾਹੀਂ ਪ੍ਰਗਟਾਵਾ ਕਰ ਰਿਹਾ ਹੋਵੇ। ਤੇਰਾ ਕੀਆ ਮਿੱਠਾ ਲਾਗੈ, ਹਰ ਨਾਮ ਪਦਾਰਥ ਨਾਨਕ ਮੰਗੈ। ਗੁਰਦਾਤਾ ਗੁਰ ਹਿਵੈ ਘਰ, ਗੁਰ ਦੀਪਕ ਤਿਹੋਂ ਲੋਏ, ਅਤੇ ਗੁਰੂ ਚਾਨਣ ਹੈ ਤਿੰਨਾਂ ਹੀ ਲੋਕਾਂ ਦਾ। ਇਸ ਨੁਕਤੇ ਨੂੰ ਵੀ ਸਮਝਣ ਦਾ ਯਤਨ ਕਰਨਾ। ਅਸੀਂ ਘਰ ਵਿੱਚ ਚਿਰਾਗ ਜਲਾਉਂਦੇ ਹਾਂ ਨਾ, ਅਤੇ ਸਾਡੇ ਇੱਕ ਕਮਰੇ ਵਿੱਚ ਰੋਸ਼ਨੀ ਜਾਂਦੀ ਹੈ, ਦੂਜੇ 'ਚ ਨਹੀਂ ਜਾਂਦੀ, ਦੂਜੇ ਕਮਰੇ ਵਿੱਚ ਹਨੇਰਾ ਰਹਿੰਦਾ। ਦੀਪਕ ਦੇ ਸਾਹਮਣੇ ਕੋਈ ਚੀਜ਼ ਰੱਖ ਦੇਈਏ ਅਤੇ ਉਹਦੀ ਰੋਸ਼ਨੀ ਉੱਥੇ ਹੀ ਰੁਕ ਜਾਂਦੀ ਹੈ, ਸਾਰੇ ਕਮਰੇ 'ਚ ਵੀ ਨਹੀਂ ਜਾਂਦੀ। ਇਹ ਸੂਰਜ ਹੈ, ਇੱਕ ਬ੍ਰਹਿਮੰਡ ਵਿੱਚ ਚਾਨਣ ਦੇ ਸਕਦਾ, ਸਾਰੇ ਚਾਨਣ ਨਹੀਂ ਦੇ ਸਕਦਾ। ਪਰ ਗੁਰੂ ਐਸਾ ਸੂਰਜਾਂ ਦਾ ਮਹਾਂ ਸੂਰਜ ਹੈ,
अनंत सूरज इकट्ठे करिए ते गुरु दी जितनी रोशनी है गुरु दे कदमां दी खाक भी नहीं बन सकते। तिना लोकां विच गुरु चानण दिंदा साडे मन दे तल ते तन दे तल ते ते साडे आत्मक तल ते जे कोई चानण दे सकदा ओ होर कोई चिराग नहीं है, कोई चंद्रमा कोई सूरज नहीं है, उते केवल गुरु दा ही चानण पहुँचदा। वरना महाराज बोल ना आखदे जे सौ चंदा उगवै सूरज चढ़े हजार, एते चानण होंदिया गुरबिन कोर अंधार। ये चानण गुरु कोल हैगा है ते गुरु ने हर तरह की मनुख की जिंदगी विच चानण किया है, प्रकाश कर दिता। जिन्हों का अज असी 344 साल ज्योति जोत पुरब मना रहे हैं, श्री गुरु हरगोबिंद साहब महाराज उन्होंने जीवन में देखिए, असी उन्हां दी मौत दीयां गाथावां नहीं सुनांदे, गुरु नाल शब्द जुड़िया भी नहीं बे गुरु मर गया है। गुरु नाल तीन शब्द जुड़े हुए ने। असी जिस दिन महाराज जी का संसार ते आगमन होया उस दिन नूं गुरमत अनुसार प्रकाश दिवस आख्या जाता, बई वो दिहाड़ा वो समा वो दिन जिस दिन सतगुरु जी का चानण जगत नूं प्राप्त होया, प्रकाश दिहाड़ा आख्या जाता है। फिर तुसी एक शब्द नूं होर भी ध्यान च रखना, बाकी दे तमाम सत्कारयोग धर्म ग्रंथां नूं खोलिया जाता है, उन्हों का पाठ के पठन किया जाता है, पर श्री गुरु ग्रंथ साहब महाराज लिए शब्द नहीं वरत्या जाता बई महाराज नू पढ़ना है या खोलना है। शब्द ये वरत्या जाता है श्री गुरु ग्रंथ साहब महाराज जी का प्रकाश करना है। कई अज्ञानता वश कह देंदे ने बई साढ़े घर विच महाराज का स्वरूप रख्या होया, सतगुरु कोई नौकर थोड़ी ने जड़े असी रखे हुए ने, या कोई जानवर थोड़ी है गुरु रख्या होया है। सही मान्या शब्द ये चाहिए बई साडा वडभाग है जेड़ा महाराज ने सानू घर दिता है, उहदे च साहिब जी का प्रकाश भी हैगा। ऐ शब्द जे वरतीए तो सत्कार योग होंदा। शब्दां दी खेड बड़ी अगम्मी है, जे इन्हां नूं समझिया जावे तां इन्हां शब्दां दी वरतों करके ही प्रभु दा मिलाप हो सकदा है। महाराज ने बाणी च सानू तागीद कीती है, जित बोलिया पत पाई है सो बोलिया प्रवान, सा ओ बोलिया होया प्रवान है प्रभु दी बारगाह च, जिन्हां बोलां राही दूजे दा सन्मान होवे ते तेरा भी सन्मान होवे। फिर महाराज जी ने बोलन की तागीद की है, मिठा बोलन की तागीद करद्या होया फिक्का बोलन की ममानियत करते ने, कहते ने फिक्का बोल विगुचना सुन मूर्ख मन आजान, नानक फिक्का बोलिया तन मन फिक्का होए, फिक्को फिक्का सदिए फिक्के फिक्की सोए। फिर कितना वड्डा पाप है फिक्के बोल बोलना, फिक्का दरगाह सटी है मूँह थुक्का फिक्के पाए। जे कोई मनुखे चाहे बई ईमानदार होंदिया भी शराफत रखदिया भी मैनू परमात्मा की बारगाह विच थां ना मिले तो फिर ये पाप करी जाए, फिक्का बोलदा रहे सारी जिंदगी, दूजिया नाल कट्टू शब्दां राही मुखातब होए, भैड़े अप शब्द बोले। फिर अप शब्द बोलना मनुख का ही अपमान नहीं है, इस जबान का ही अपमान नहीं है, भैड़े बोल बोलना परमात्मा का भी अपमान हैगा, क्योंकि बोल लिखे विच ने, उसने सानू गिण मिण के दिते ने, ते बोल उसकी दात हैगी है,
साहब जियां दे बोल ने लिख है बोलन बोलना लिख है खाना खाओ ये सारे गिनती मिनती विच ने ते बोलां वर्गा होर रतन भी दुनिया ते कोई नहीं फिक्का दरगाह सटिए मूँह थुक्का फिक्के पाए फिक्का मूरख आखिए पाणा लहे सजाए महाराज जी ने बार बार ये बोल आखे ने मोहों के बोलन बोली है जित सुन तरे प्यार ऐसे बोल जबान तो आख के तेरा हिरदा भी प्यार नाल भर जाए ते सुनन वाले दा हिरदा भी प्रेम नाल भर जाए। सतगुरु महाराज जी दे दस जामिया नू तुसी वाचना देखना किधरे भी महाराज फिक्का बोलते हुए दिखाई नहीं पाए। सतगुरु जी दे सन्मान विच शब्द वरतदिया महाराज दा प्रकाश किया है। सतगुरु जी दा प्रकाश है ते जिस दिन महाराज ने संसार तो अपना जामा बदलिया मौत नहीं हुई गुरु नानक देव महाराज की गए नहीं गुरु नानक संसार तो महाराज संसार की दशा देखद्या होया जामा बदलते रहे बाकी अवतार संसार तो गए ने श्री राम दूजा राम जगत नू नहीं दे सके श्री कृष्ण दूजा कृष्ण जगत नू नहीं दे सके ब्रह्मा दूजा ब्रह्मा नहीं दे सके महान योगी भोलेनाथ शिव जी दूजा भोलेनाथ जगत नू नहीं दे सके ये केवल गुरु कर सकता है। सतगुरु जी ने दूजा अपना जामा जगत नू दिता थापियो लैणा जी अंदे आखिया हुण जाना नहीं है जगत विच रहना है क्योंकि जे मलाह चला जाए तो फिर मुसाफरां नू पार कौन लंघाएगा। गुरु मलाह बन के आए ने महाराज जियां दे बोल भी ने कहिंदे ने गुर जहाज खेवट गुरु गुरबिन तरिया ना कोई फिर जगत दी दशा देखी दूसरे जामे तो बाद तीसरा जामा इस तरह यके बाद दीगरे दस इंसानी जामे बदले ते फिर क्या हुण बार बार बदलन दा झंझट ही मुका देना बदलना ना पवे जामा इसलिए जुगो जुग अटल ऐ हुण जामा है गुरु नानक पातशाह जी का फर्क कोई नहीं है। जैसे पहला जामा वड्डी उम्र दा सी 69 साल 70 साल दा ते दूसरा जवान जामा गुरु अंगद देव जी दा आया तीसरा बुजुर्ग जामा श्री गुरु अमरदास महाराज दा आया ते बाल अवस्था विच गुरु हरकृष्ण साहब जी दा इस तरह जामे वख वख समय वख वख रूप विच ते वख वख अवस्था विच प्रगट होंदे रहे ते हुण सदा लई जो जामा विराजमान है उन्हां दा शरीर उन्हां दा रूप ऐ श्री गुरु ग्रंथ साहब महाराज वाला है। दुनिया दे तमाम ग्रंथ थानू रेलवे स्टेशनां ते मिल जाणगे उन्हां नू अदब नाल नहीं रखिया जांदा। अज मैं अर्ज करना चाहता हाँ 300 तो उत्ते साल हो गए ने संसार गुरु ग्रंथ साहब महाराज जी नू अपने शीश ते लै जांदा है रोज़ चवर झुलदा है ते रोज़ लखां लोग सतगुरु जी दी रसोई चो वरसाए जांदे ने ते जे कोई बरकत है ते तां ही इह खेड वरतदी है। अज कोई ग्रंथ लिख देवे ते कल कोई उसनों नहीं पुछदा ते फिर धूड़ खा जांदी है ते खत्म हो जांदा। श्री गुरु ग्रंथ साहब महाराज जी दा एक भी स्वरूप दुनिया ते नहीं मिलेगा जिन्हां नू शीश ते रख के कोई ना लै जांदा हो। बाकायदा सत्कार दी मर्यादा बनी हुई कि कम से कम 5 सिंह नाल जाने चाहिए ये अदब है सत्कार है ते इसलिए अदब सत्कार है क्योंकि इस रूप च गुरु नानक जिउंदे जागदे। मैनू एक बचन
संत बाबा आनंद सिंह जी का ख्याल होया मैं आपनों सरवण करांगा। एक नौजवान उन्होंने कोल आया तो आखन लगा तुसी गुरु नानक दे दर्शन किते ने ते मैनू भी दर्शन कराओ। ते बाबा आनंद सिंह कहन लगे महाराज अंदर विराजमान ने सचखंड विच। सचखंड उस स्थान नू कहंदे सन जिथे गुरु ग्रंथ साहब जी का प्रकाश करते सन ते सुखासन करते सन। अंदर सचखंड विच विराजमान ने वो नौजवान अंदर गया ते जाके देखिया ऐ श्री गुरु ग्रंथ साहब महाराज विराजमान सन। एक सेवादार चौर चुला रहा सी ते वो बाहर आके कहन लगा भाई मैनू ते महाराज का दर्शन नहीं होया, गुरु नानक दिखाई नहीं पे। आखन लगे फिर की दिखाई पिया? आखे अंदर ते गुरु ग्रंथ साहब महाराज ने सेवादार चौर चुला रहा है। ते बाबा आनंद सिंह कहन लगे भाई बरखुरदारा ओही ता है ने गुरु नानक देव महाराज। आखन लगा नहीं मैं इस तरह दर्शन नहीं करने, मैनू ते हत्थां पैरां वाला सरूप चाहिदा। बाबा जी कहन लगे पुरखा हाथ हैगे ने गुरु नानक देव जी दे, गुरु ग्रंथ साहब बाँह फड़ लैंदे ने, जो शरण आवै तिस कंठ लावै। ये बिरद स्वामी संदा नाल चलते ने, सुनते ने, बोलते ने। असी कई दफा कह दें भाई थोड़ी गुरु सुनदा साड़ी नहीं सुनता। कौन दसे पुरखा? गुरु सब दी सुनदा, गुरु कोई बोला थोड़ी है, कोई बहरा थोड़ी है, गुरु सब दी सुनदा है। ये गल वखरी है, समा निकल जांदा है ते असी बोले हो जाते हैं, गुरु की सुननी बंद कर दे। असी गुरु की सुनते हैं कि नहीं सुनते, ये गल जुदा है। पर गुरु ग्रंथ साहब महाराज सब दी सुनते ने, क्योंकि सतगुरु ते प्रतख आप खुदा है। बाबा आनंद सिंह कहन लगे, वह कहन लगा जी मैनू तो हत्थां पैरां वाले स्वरूप दे दर्शन चाहिए ने। ते लागे कस्बा है छोटा जिहा जगरावां। आखण लगे फिर जगरावीं चला जा ते उत्थों जा के गुलाब दा अतर लै के आ, वह छिड़का करांगे ते फिर दर्शन करावांगे, एवें थोड़ी दर्शन होंदे। वह बड़ा खुश होया ते अतर ले आया, छिड़काओ कीता। आखण लगा दर्शन कराओ। बाबा जी कहन लगे करो दर्शन, महाराज बैठे ने। आखण लगा जी ये तो उही गुरु ग्रंथ साहब ने। बाबा जी कहन लगे नहीं उही गुरु नानक ने। आखिया मैनू तो दर्शन नहीं हो रहा, फिर थानू हो रहा। वाकई जिन्हां दी भावना है उन्हां नू गुरु नानक दिखाई पैंदे ने, जिन्हां दी भावना नहीं है वो तो मुल्तान वालिया ने सामने भी दरवाजे बंद कर दिते। असी अज हिरदे दे दरवाजे बंद किए हुए। मुल्तान वालिया ने कहा असी थोड़े लिए जगह नहीं है, असी अपने हिरदे च गुरु की जगह नहीं रखी। गल तो इको ही है, फर्क तो कोई नहीं। वली कंधारी ने महाराज नू पत्थर मारे सन ते असी गुरु दे सिद्धांत नू घर नहीं वड़न देंदे। पत्थर मारन बराबर ही है, होर की हैगा। असी जात बिरादरियां विच उच्चियां नीवियां विच अमीरी गरीबी च वंडे होए हां। जे साडा हिरदा फर्क वाला है तां फिर बाबे दे सिद्धांत नू पत्थर ही मारदे पए। ध्यानपूर्वक इन्हां बोलां नू सरवण कर। बाबा आनंद सिंह कहन लगे बई बरखुरदार एक गल दस, ऐ जिहड़ा तू अतर लियांदा ए शुद्ध गुलाब दा है ना? आखण लगा जी पंसारी ने ते ही कहा है, ते खुशबू भी गुलाब वर्गी आ रही है, ते शुद्ध गुलाब दा ही हैगा। कहंदे ने हाँ शुद्ध ही हैगा, मैनू भी पता। आखण लगा जी फिर क्यों नहीं दर्शन होए? नुकता बड़ा कीमती है। बाबा आनंद सिंह कहन लगे फिर इस तरह है, ए जेड़ा गुलाब दा अतर है ना,
ਇਹਦੇ 'ਚ ਮੈਨੂੰ ਤੂੰ ਗੁਲਾਬ ਦੀਆਂ ਟਹਿਣੀਆਂ ਦੇ ਦਰਸ਼ਨ ਕਰਾ, ਕੰਨਿਆਂ ਦੇ ਦਰਸ਼ਨ ਕਰਾ, ਪੱਤੇ ਦਿਖਾ, ਜੜ੍ਹਾਂ ਦਿਖਾ। ਜੇ ਤੂੰ ਅਤਰ ਵਿੱਚੋਂ ਗੁਲਾਬ ਦਾ ਪੇੜ ਦਿਖਾ ਦੇਵੇਂ, ਪੌਦਾ ਦਿਖਾ ਦੇਵੇਂ, ਤੇ ਫੇਰ ਗੁਰੂ ਗ੍ਰੰਥ ਸਾਹਿਬ ਮਹਾਰਾਜ 'ਚੋਂ ਮੈਂ ਤੈਨੂੰ ਹੱਥਾਂ ਪੈਰਾਂ ਵਾਲਾ ਗੁਰੂ ਦਿਖਾ ਦਿੰਦਾ। ਗੁਰੂ ਗ੍ਰੰਥ ਸਾਹਿਬ ਮਹਾਰਾਜ, ਜਿਵੇਂ ਇਹ ਅਤਰ ਗੁਲਾਬ ਦੀ ਖੁਸ਼ਬੂ ਹੈ ਤੇ ਬਿਲਕੁਲ ਉਸੇ ਤਰ੍ਹਾਂ ਦੀ ਹੈ, ਇਸ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਸ ਪਾਤਸ਼ਾਹੀਆਂ ਦੀ ਜੋਤ ਨੇ ਤੇ ਬਿਲਕੁਲ ਉਸੇ ਤਰ੍ਹਾਂ ਦੇ ਨੇ, ਫਰਕ ਕੋਈ ਨਹੀਂ। ਉਸਦੀਆਂ ਚੀਖਾਂ ਨਿਕਲ ਗਈਆਂ, ਆਖਿਆ ਅੱਜ ਪਤਾ ਚੱਲਿਆ, ਮੈਂ ਤਾਂ ਸੋਚਿਆ ਸ਼ਾਇਦ ਕੋਈ ਹੱਥਾਂ ਪੈਰਾਂ ਵਾਲਾ ਮਨੁੱਖ ਆਉਂਦਾ ਹੋਵੇਗਾ, ਉਹਦੇ ਦਰਸ਼ਨ ਤੁਸੀਂ ਕਰਦੇ ਹੋਵੋਗੇ, ਤੁਹਾਡੀ ਮਰਿਆਦਾ ਕੀ ਹੈਗੀ ਹੈ। ਬਾਬਾ ਆਨੰਦ ਸਿੰਘ ਕਹਿਣ ਲੱਗੇ, ਹੋਰ ਕੋਈ ਸਾਡੀ ਵੱਖਰੀ ਮਰਿਆਦਾ ਨਹੀਂ ਹੈ, ਇੱਕੋ ਹੀ ਮਰਿਆਦਾ ਹੈ, ਅਤੇ ਉਹ ਮਰਿਆਦਾ ਹੈ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੋੜਨਾ। ਗੁਰੂ ਗ੍ਰੰਥ ਸਾਹਿਬ ਨਾਲ ਜੁੜ ਜਾਈਏ ਅਤੇ ਗੁਰੂ ਨਾਨਕ ਨਾਲ ਜੁੜਨਾ ਹੋ ਜਾਂਦਾ। ਗੁਰੂ ਨਾਨਕ ਦਾ ਦੀਦਾਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦਾ ਪਾਠ ਹੈ। ਰੋਜ਼ਾਨਾ ਕੋਈ ਸਿੱਖ ਕਰੇ, ਹਰ ਵੇਲੇ ਕੋਈ ਕਰੇ, ਗੁਰੂ ਕੋਈ ਮੂੰਹ ਥੋੜ੍ਹੀ ਛੁਪਾ ਲੈਂਦਾ, ਬਲਕਿ ਗੁਰੂ ਤੇਰਾ ਮੁੱਖ ਉਜਲਾ ਕਰ ਦਿੰਦਾ। ਗੁਰੂ ਦਾਤਾ ਹੈ ਸਾਰੇ ਜਗਤ ਦਾ, ਇਤਨਾ ਕੁਝ ਮਨੁੱਖਤਾ ਨੂੰ ਹੋਰ ਕਿਸੇ ਨਹੀਂ ਦਿੱਤਾ ਜਿਤਨਾ ਗੁਰੂ ਨੇ ਦਿੱਤਾ, ਆਪਣਾ ਸਾਰਾ ਪਰਿਵਾਰ ਹੀ ਸਦਕੇ ਕਰ ਦਿੱਤਾ। ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ ਦੀਆਂ ਅਨੇਕਾਂ ਹੀ ਗਾਥਾਵਾਂ ਨੇ। ਇੱਕ ਮਾਤਾ ਦਾ ਤੁਸੀਂ ਜ਼ਿਕਰ ਸੁਣਿਆ ਹੋਵੇਗਾ, ਪੜ੍ਹਿਆ ਵੀ ਹੋਵੇਗਾ, ਉਹਨਾਂ ਦਾ ਨਾਮ ਸੀ ਮਾਤਾ ਸੁਲੱਖਣੀ। ਤਰਨ ਤਾਰਨ ਦੇ ਕੋਲ ਉਹਨਾਂ ਦਾ ਪਿੰਡ ਹੈਗਾ ਹੈ, ਉਹਦਾ ਨਾਮ ਚੱਬਾ ਹੈਗਾ, ਚੱਬਾ ਉੱਥੋਂ ਦੇ ਰਹਿਣ ਵਾਲੇ ਸਨ। ਅਤੇ ਘਰ ਵਿੱਚ ਔਲਾਦ ਕੋਈ ਨਾ ਹੋਈ, ਉਮਰ ਵੀ ਵੱਡੀ ਹੋ ਗਈ, ਅਤੇ ਮਹਾਰਾਜ ਜੀਆਂ ਨੂੰ ਕਹਿਣ ਲੱਗੀ, ਹੇ ਗੁਰੂ ਪਿਤਾ, ਮਿਹਰ ਕਰੋ, ਬਖਸ਼ਿਸ਼ ਕਰੋ ਅਤੇ ਮੇਰੇ ਘਰ ਵਿੱਚ ਔਲਾਦ ਹੋ ਜਾਏ। ਅਤੇ ਮੀਰੀਆਂ ਪੀਰੀਆਂ ਦੇ ਮਾਲਕ ਕਹਿਣ ਲੱਗੇ, ਤੇਰੇ ਘਰ ਵਿੱਚ ਤਾਂ ਆਉਣ ਵਾਲੇ ਜਨਮਾਂ 'ਚ ਵੀ ਔਲਾਦ ਨਹੀਂ ਲਿਖੀ ਹੋਈ, ਨਹੀਂ ਹੋਣੀ। ਨਿਰਾਸ਼ ਹੋ ਕੇ ਵਾਪਸ ਚਲੀ ਗਈ, ਲੰਘਦੀ ਜਾ ਰਹੀ ਸੀ ਅਤੇ ਬਾਬਾ ਬੁੱਢਾ ਸਾਹਿਬ ਨੇ ਮਾਯੂਸ ਦੇਖਿਆ, ਗੁਰੂ ਵੀ ਮਿਹਰ ਕਰਦਾ ਹੈ, ਸਿੱਖ ਵੀ ਗੱਲ ਬਣਾ ਦਿੰਦੇ ਨੇ। ਇਸ ਲਈ ਅਸੀਂ ਪੰਜ ਸਿੰਘਾਂ ਨੂੰ ਘਰ ਬੁਲਾਉਂਦੇ ਹਾਂ, ਜਲ ਪਾਣੀ ਸਿਖਾਉਂਦੇ ਹਾਂ, ਅਰਦਾਸ ਕਰਾਉਂਦੇ ਹਾਂ ਅਤੇ ਗੁਰੂ ਉਹ ਅਰਦਾਸ ਸੁਣ ਲੈਂਦਾ ਹੈ। ਇਹ ਮਰਿਆਦਾ ਹੈਗੀ, ਕੋਈ ਵੀ ਕੰਮ ਹੋਵੇ, ਕੜਾ ਪ੍ਰਸ਼ਾਦ ਦੀ ਦੇਗ ਲਿਆਓ, ਅਰਦਾਸ ਕਰੋ ਅਤੇ ਮਹਾਰਾਜ ਅਰਦਾਸ ਸੁਣ ਲੈਂਦੇ ਨੇ। ਜੀ ਕੀ ਬਿਰਥਾ ਹੋਏ ਸੋ ਗੁਰ ਪੈ ਅਰਦਾਸ ਕਰ। ਅਸੀਂ ਘਬਰਾ ਜਾਂਦੇ ਹਾਂ ਅਤੇ ਫਿਰ ਮਾਰਗ ਵਟਾ ਲੈਂਦੇ ਹਾਂ। ਨਾ ਘਬਰਾਉਣ ਦੀ ਲੋੜ ਹੈ ਅਤੇ ਨਾ ਕਿਧਰੇ ਹੋਰ ਜਾਣ ਦੀ ਲੋੜ ਹੈ, ਬਸ ਅਰਦਾਸ ਕਰਕੇ ਮਹਾਰਾਜ ਨੂੰ ਸੀਸ ਝੁਕਾਉਣ ਦੀ ਲੋੜ ਹੈ। ਸਭ ਬਰਕਤਾਂ ਦਾ ਦਾਤਾ ਗੁਰੂ ਹੀ ਹੈਗਾ। ਗੁਰਸਿੱਖਾਂ ਗੁਰੂ ਸੰਗਤਾਂ ਦੀ ਸੇਵਾ ਇਹ ਗੁਰੂ ਦੀ ਸੇਵਾ ਹੈਗੀ। ਬਾਬਾ ਬੁੱਢਾ ਸਾਹਿਬ ਜੀ ਨੇ ਦੇਖਿਆ ਮਾਤਾ ਮਾਯੂਸ ਹੋ ਕੇ ਜਾਂਦੀ ਪਈ, ਆਖਣ ਲੱਗੇ, ਮਾਤਾ ਕੀ ਗੱਲ ਹੈ? ਰੋ ਪਏ, ਕਿਹਾ ਗੁਰੂ ਨੇ ਕਿਹਾ ਝੋਲੀ ਨਹੀਂ ਭਰ ਸਕਦੀ, ਅਗਲੇ ਜਨਮਾਂ ਵਿੱਚ ਵੀ ਔਲਾਦ ਨਹੀਂ ਹੈ। ਬਾਬਾ ਬੁੱਢਾ ਸਾਹਿਬ ਕਹਿਣ ਲੱਗੇ, ਫਿਰ ਇਸ ਤਰ੍ਹਾਂ ਥੋੜ੍ਹੀ ਜਾਈਦਾ ਹੈ, ਜਿਸ ਤਰ੍ਹਾਂ ਤੁਸੀਂ ਗਏ ਹੋ, ਕਾਗਜ਼ ਲੈ ਗਏ ਸੀ, ਕਲਮ ਲੈ ਗਏ ਸੀ। ਆਖਿਆ ਨਹੀਂ, ਕਾਗਜ਼ ਕਲਮ ਤਾਂ ਨਹੀਂ ਲੈ ਗਈ। ਕਿਹਾ ਹੁਣ ਜਦ ਮਿਲੋਗੇ ਨਾ ਤਾਂ ਕਾਗਜ਼ ਕਲਮ ਕੋਲ ਹੀ ਰੱਖਿਓ, ਸਿਆਹੀ ਵੀ ਕੋਲ ਰੱਖਿਓ, ਅਤੇ ਜੇ ਸਾਹਿਬ ਫਿਰ ਕਹਿ ਦੇਣ, ਅਬਲਾ ਤਾਂ ਕਹਿਣਗੇ ਨਹੀਂ, ਜੇ ਕਹਿ ਦਿੱਤਾ ਫਿਰ ਤਾਂ ਕਹਿਣਾ, ਮਹਾਰਾਜ ਪਹਿਲੇ ਵੀ ਤੁਸਾਂ ਹੀ ਲਿਖਣਾ ਸੀ, ਹੁਣ ਵੀ ਤੁਸਾਂ ਹੀ ਲਿਖਣਾ, ਲਓ ਲਿਖ ਦਿਓ। ਇਹ ਘਟਨਾ ਇਸ ਤਰ੍ਹਾਂ ਹੀ ਵਾਪਰੀ। ਮਹਾਰਾਜ ਜੀ ਦੇ ਰਸਤੇ 'ਚੋਂ ਲੰਘਦਿਆਂ ਨੇ ਅੱਗੇ ਖੜ੍ਹੀ ਹੋ ਗਈ, ਆਖਿਆ ਮਹਾਰਾਜ ਮੇਰੇ ਭਾਗਾਂ 'ਚ ਔਲਾਦ ਨਹੀਂ ਤੁਸੀਂ ਆਖਿਆ ਹੈ? ਅਤੇ ਮਹਾਰਾਜ ਕਹਿਣ ਲੱਗੇ, ਸੱਚ ਹੀ ਤਾਂ ਆਖਿਆ ਹੈ।
ਜੋ ਹੈ ਉਹੀ ਤੱਕਿਆ ਹੈ ਅਤੇ ਕਿਹਾ ਹੇ ਮੇਰੀਆਂ ਪੇਰੀਆਂ ਦਿਆ ਮਾਲਕਾ ਤੇਰੀ ਕਲਮ ਅਗੰਮੀ ਹੈਗੀ ਹੈ। ਮਹਾਰਾਜ ਦੇ ਬੋਲ ਨੇ ਹਾਥ ਕਲਮ ਅਗੰਮ ਮਸਤਕ ਲਿਖਾਵਤੀ ਉਰਜ ਰਹੇ ਸਭ ਸੰਗ ਅਨੂਪ ਰੂਪਾਵਤੀ ਉਸਤਤ ਕਹਿਣ ਨਾ ਜਾਏ ਮੁੱਖ ਹੋਂ ਤਿਹਾਰੀਆ ਮੋਹੀ ਦੇਖ ਦਰਸ ਨਾਨਕ ਬਲਿਹਾਰੀਆ। ਮਹਾਰਾਜ ਤੁਹਾਡੇ ਤੁਹਾਡੇ ਹੱਥਾਂ 'ਚ ਸਭ ਕੁਝ ਹੈਗਾ ਹੈ, ਤੁਹਾਡੀ ਕਲਮ ਨੂੰ ਕੌਣ ਰੋਕ ਸਕਦਾ ਹੈ? ਇਹ ਲਓ ਕਲਮ ਅਤੇ ਕਾਗਜ਼ 'ਤੇ ਹੁਣ ਲਿਖ ਦੇਵੋ ਜੋ ਪਹਿਲੇ ਨਹੀਂ ਲਿਖੇ। ਅਤੇ ਮੇਰੀ ਪੀਰੀ ਦੇ ਮਾਲਕ ਖਿਲ ਖਿਲਾ ਕੇ ਹੱਸ ਪਏ। ਮੈਂ ਅਰਜ਼ ਕਰ ਰਿਹਾ ਸੀ ਗੁਰੂ ਦਾ ਮਰਿਆ ਦਿਹਾੜਾ ਨਹੀਂ ਮਨਾਇਆ ਜਾਂਦਾ, ਜੋਤੀ ਜੋਤ ਦਿਵਸ ਹੈ। ਪ੍ਰਕਾਸ਼ ਕਰਨਾ, ਪ੍ਰਕਾਸ਼ ਦਿਹਾੜਾ ਹੋਣਾ, ਫਿਰ ਜੋਤੀ ਜੋਤ ਰਲੀ ਸੰਪੂਰਨ ਥੀ ਆਰਾਮ। ਇਹ ਦਿਵਸ ਵੀ ਪ੍ਰਕਾਸ਼ ਦਿਹਾੜਾ ਹੀ ਹੈ ਜੇ ਦੇਖੀਏ। ਮਹਾਰਾਜ ਹੱਸ ਪਏ ਖਿਲ ਖਿਲਾ ਕੇ, ਅਤੇ ਨਾਲੇ ਕਹਿਣ ਲੱਗੇ ਮਾਤਾ ਜੀ ਸਾਨੂੰ ਬਾਬਾ ਬੁੱਢਾ ਮਿਲੇ ਹੋਣਗੇ, ਇਹੋ ਜਿਹੀਆਂ ਗੱਲਾਂ ਤਾਂ ਉਹੀ ਦੱਸ ਸਕਦੇ ਨੇ। ਅਤੇ ਮਾਤਾ ਜੀ ਦੇ ਨੇਤਰਾਂ 'ਚੋਂ ਜਲ ਦੀਆਂ ਧਾਰਾਂ ਵਗ ਪਈਆਂ। ਕਿਹਾ ਸੱਚਿਆ ਪਾਤਸ਼ਾਹ ਮੈਂ ਕਿਸੇ ਨੂੰ ਨਹੀਂ ਜਾਣਦੀ, ਜੋ ਵੀ ਮਿਲਿਆ ਹੈ ਤੂੰ ਹੀ ਮਿਲਿਆ ਹੈ, ਤੇਰੇ ਬਿਨਾਂ ਹੋਰ ਕੌਣ ਦੱਸ ਸਕਦਾ ਹੈ? ਗੁਰਸਿੱਖਾਂ ਦੀ ਰਸਨਾ ਤੋਂ ਵੀ ਤੇ ਤੂੰ ਆਪ ਹੀ ਬੋਲਦਾ ਹੈ, ਹੋਰ ਕੌਣ ਬੋਲਦਾ ਹੈ? ਮਹਾਰਾਜ ਦੇ ਅਗੰਮੀ ਬੋਲ ਨੇ ਪ੍ਰਭ ਜੀ ਬਸੈ ਸਾਧ ਕੀ ਰਸਨਾ ਨਾਨਕ ਜਨ ਕਾ ਦਾਸਨ ਦੱਸਣਾ। ਮਹਾਰਾਜ ਹੱਸ ਪਏ ਤੇ ਇਸ ਢੰਗ ਨਾਲ ਕਲਮ ਪਕੜੀ ਘੋੜੇ 'ਤੇ ਬੈਠੇ ਹੋਏ ਸਨ। ਸਾਡਾ ਇਤਿਹਾਸ ਕਹਿੰਦਾ ਮਾਤਾ ਜੀ ਨੇ ਲਗਾਮ ਪਕੜ ਲਈ ਘੋੜੇ ਦੀ, ਅਤੇ ਘੋੜੇ ਦੇ ਸੀਸ ਨਾਲ ਆਪਣਾ ਸੀਸ ਲਾ ਦਿੱਤਾ ਅਤੇ ਮਨ ਵਿੱਚ ਸੋਚਣ ਲੱਗੀ ਹੇ ਗੁਰੂ ਹੁਣ ਮੈਂ ਖਾਲੀ ਨਾ ਜਾਵਾਂ। ਅਤੇ ਇਤਿਹਾਸਕਾਰ ਕਹਿੰਦੇ ਨੇ ਬਈ ਘੋੜੇ ਨੇ ਆਪਣਾ ਪੈਰ ਵੀ ਹਿਲਾਇਆ ਅਤੇ ਗਰਦਨ ਵੀ ਹਿਲਾਈ, ਮਨੋ ਹਾਂ ਕਰਦਾ ਪਿਆ ਸੀ ਅਤੇ ਪੈਰ ਹਿਲਾ ਕੇ ਨੱਚ ਕੇ ਖੁਸ਼ੀ ਪ੍ਰਗਟ ਕਰਦਾ ਪਿਆ ਸੀ ਬਈ ਭਾਗਾਂ ਵਾਲੀ ਮਾਤਾ ਤੇਰੀਆਂ ਝੋਲੀਆਂ ਤਾਂ ਗੁਰੂ ਕੋਲ ਆਉਂਦਿਆਂ ਹੀ ਭਰ ਗਈਆਂ ਨੇ, ਖਾਲੀ ਨਹੀਂ ਜਾ ਸਕਦੀ। ਮਨ ਉਹ ਮਹਿਸੂਸ ਕਰ ਰਿਹਾ ਸੀ। ਸਾਡੇ ਇਤਿਹਾਸਕਾਰ ਕਹਿੰਦੇ ਨੇ ਘੋੜੇ ਨੇ ਪੈਰ ਹਿਲਾਇਆ ਅਤੇ ਏਕੇ ਦਾ ਸਾਤਾ ਬਣ ਗਿਆ। ਇੰਜ ਨਹੀਂ ਹੁੰਦਾ ਸਾਧ ਸੰਗਤ, ਗੁਰੂ ਦੀ ਕਲਮ ਨੂੰ ਨਾ ਕੋਈ ਰੋਕ ਸਕਦਾ ਹੈ ਅਤੇ ਨਾ ਕੋਈ ਚਲਾ ਸਕਦਾ। ਜੇ ਘੋੜਿਆਂ ਦੇ ਪੈਰ ਹਿੱਲਣ ਨਾਲ ਏਕਿਆਂ ਦਾ ਸਾਤਾ ਬਣ ਜਾਂਦਾ ਹੋਵੇ ਤਾਂ ਫਿਰ ਪਤਾ ਨਹੀਂ ਕਿਤਨੇ ਸਾਤੇ ਹੋਰ ਵੀ ਬਣ ਜਾਂਦੇ। ਐਸਾ ਨਹੀਂ ਹੈਗਾ। ਘੋੜੇ ਨੇ ਕੀ ਪੈਰ ਹਿਲਾਉਣਾ ਹੈ? ਇਹ ਗੁਰੂ ਨਾਨਕ ਦੇ ਘਰ ਦੀਆਂ ਵਡਿਆਈਆਂ ਨੇ, ਜਿਤਨਾ ਕੋਈ ਮੰਗਦਾ ਹੈ ਉਸ 'ਤੇ ਚੌਗੁਣ ਕਰੇ ਨਿਹਾਲ ਨਾਨਕ ਸਾਹਿਬ ਸਦਾ ਦਇਆ। ਆਖਣ ਲੱਗੇ ਲੈ ਮਾਤਾ ਤੂੰ ਇੱਕ ਮੰਗਦੀ ਪਈ ਸੀ, ਅਸੀਂ ਤਾਂ ਸਾਤਾ ਪਾ ਦਿੱਤਾ ਹੈ, ਸਾਤਾ ਲਿਖਿਆ ਗਿਆ। ਏਕੇ ਵਰਗਾ ਹੀ ਹੁੰਦਾ, ਥੋੜ੍ਹਾ ਜਿਹਾ ਫਰਕ ਆ। ਇੱਕ ਮੰਗਦੀ ਸੀ, ਸੱਤ ਦੇ ਦਿੱਤੇ ਨੇ। ਮਹਾਰਾਜ ਜੀ ਦਾ ਘਰ ਐਸਾ ਹੀ ਹੈ ਕਿਉਂਕਿ ਗੁਰੂ ਦਾਤਾ ਹੈ। ਰੁਲਦੀ ਹੋਈ ਮਨੁੱਖਤਾ ਨੂੰ ਆਪਣੇ ਵੀ ਛੱਡ ਜਾਂਦੇ ਨੇ। ਰਿਸ਼ਤੇਦਾਰ ਕਮਜ਼ੋਰ ਹੋਵੇ ਨਾ, ਰਿਸ਼ਤੇਦਾਰ ਛੱਡ ਜਾਂਦੇ। ਸੁਖ ਮੈਂ ਆਨ ਬਹੁਤ ਮਿਲ ਬੈਠਤ ਰਹਿਤ ਚਹੁੰ ਦਿਸ ਘੇਰੇ ਬਿਪਤ ਪਰੀ ਸਭ ਹੀ ਸੰਗ ਛਾਡਿਤ ਕੋ ਨਾ ਆਵਤ ਨੇਰੇ। ਮਹਾਰਾਜ ਨਾ ਕਰੇ ਕਿਸੇ ਦੀ ਜ਼ਿੰਦਗੀ 'ਚ ਐਸੀ ਬਿਪਤਾ ਆਵੇ। ਅਸੀਂ ਤਾਂ ਪ੍ਰਾਰਥਨਾ ਕਰਦੇ ਹਾਂ, ਰੋਜ਼ ਇਹ ਪ੍ਰਾਰਥਨਾ ਜ਼ਰੂਰ ਕਰਿਆ ਕਰੋ ਕਿ ਹੇ ਗੁਰੂ ਸਾਰੇ ਜਗਤ ਦਾ ਹੀ ਜੀਵਨ ਸੁਹਾਵਾਂ ਅਤੇ ਸੁਖਾਵਾਂ ਹੋਵੇ। ਇਹ ਪ੍ਰਾਰਥਨਾ ਜ਼ਰੂਰ ਕਰਨੀ ਚਾਹੀਦੀ ਹੈ। ਪਰ ਜੇ ਕਿਸੇ ਦੇ ਜੀਵਨ 'ਚ ਬਿਪਤਾ ਆ ਜਾਏ ਤਾਂ ਬੜੇ ਨਜ਼ਦੀਕੀ ਵੀ ਦੂਰੀਆਂ ਬਣਾ ਲੈਂਦੇ, ਕਿਸੇ ਨੂੰ ਦੱਸਦੇ ਵੀ ਨਹੀਂ ਵੀ ਮੇਰਾ ਰਿਸ਼ਤੇਦਾਰ ਆ, ਜ਼ਿਕਰ ਵੀ ਨਹੀਂ ਕਰਦੇ, ਅਤੇ ਜੇ ਕੋਈ ਜ਼ਿਕਰ ਕਰੇ ਵੀ ਤਾਂ ਗੱਲ ਬਦਲ ਲੈਂਦੇ। ਪਰ ਗੁਰੂ ਹੈ ਸਾਧ ਸੰਗਤ,
ਬਿਪਤਾ ਦੇ ਮਾਰਿਆਂ ਨੂੰ ਵੀ ਗਲ ਨਾਲ ਲਾ ਲੈਂਦਾ। ਇਹ ਬਾਰਾਮੂਲਾ ਦੀ ਕਥਾ ਹੈ। ਮਹਾਰਾਜ ਨੇ ਕਸ਼ਮੀਰ ਵਿੱਚ ਬੜਾ ਲੰਬਾ ਸਮਾਂ ਗੁਰਮਤਿ ਦਾ ਪ੍ਰਚਾਰ ਪ੍ਰਸਾਰ ਕੀਤਾ ਅਤੇ ਬਹੁਤ ਸਾਰੇ ਹਿੰਦੂ ਅਤੇ ਮੁਸਲਿਮ ਮਹਾਰਾਜ ਜੀ ਦੇ ਸ਼ਰਧਾਲੂ ਬਣ ਗਏ ਸਨ, ਸਿੱਖ ਬਣ ਗਏ ਸਨ। ਅੱਜ ਵੀ ਸ਼੍ਰੀਨਗਰ, ਬਾਰਾਮੂਲਾ, ਇਸ ਪਹਾੜੀ ਇਲਾਕਿਆਂ ਵਿੱਚ ਜਿਹੜੀ ਸਿੱਖੀ ਹੈ ਨਾ, ਉਹ ਸਾਬਤ ਸਿੱਖੀ ਹੈਗੀ। ਮੈਂ ਨਹੀਂ ਉੱਥੇ ਕਿਸੇ ਨੂੰ, ਨੌਜਵਾਨ ਨੂੰ ਕੇਸ ਕੱਟੇ ਹੋਏ ਦੇਖਿਆ। ਉਹਨਾਂ ਵਿੱਚ ਬਹੁਤ ਸਾਰੇ ਟਰੱਕ ਡਰਾਈਵਰ ਵੀ ਨੇ, ਕੰਮ ਤਾਂ ਸਾਰੇ ਹੀ ਕਰਨੇ ਹੋਏ, ਪਰ ਜਿੱਥੇ ਜਾਂਦੇ ਨੇ ਆਪਣੇ ਕਕਾਰ ਪਹਿਨ ਕੇ ਜਾਂਦੇ। ਰਸਤੇ ਵਿੱਚ ਦੇਖਿਆ ਜਿੱਥੇ ਅੰਮ੍ਰਿਤ ਵੇਲਾ ਹੋਵੇ ਆਪਣੇ ਟਰੱਕ ਰੋਕ ਕੇ ਅਤੇ ਇਸ਼ਨਾਨ ਕਰਕੇ ਨਿਤਨੇਮ ਕਰਦੇ ਨੇ ਅਤੇ ਫਿਰ ਅੱਗੇ ਚੱਲਦੇ। ਇੱਕ ਦੋ ਵਾਰੀ ਮੈਨੂੰ ਉਹਨਾਂ ਨਾਲ ਸਫ਼ਰ ਕਰਨ ਦਾ ਪੁਰਾਣੇ ਸਮੇਂ ਮੌਕਾ ਬਣਿਆ ਅਤੇ ਮੈਂ ਦੇਖਿਆ ਸੀ, ਤਾਂ ਮੈਂ ਕਹਿੰਦਾ ਅੰਮ੍ਰਿਤ ਨਾਲ ਨਾਤਾ ਜੁੜਿਆ ਹੋਇਆ ਇਹ ਸਿੱਖੀ ਦਾ ਬੂਟਾ। ਸ਼੍ਰੀਨਗਰ ਦੀਆਂ ਉੱਚੀਆਂ ਵਾਦੀਆਂ ਵਿੱਚ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਦੀ ਮਿਹਰ ਨਾਲ ਪ੍ਰਫੁੱਲਿਤ ਹੋਇਆ। ਬਾਰਾਮੂਲਾ ਦੇ ਕੋਲੋਂ ਮਹਾਰਾਜ ਲੰਘਦੇ ਜਾ ਰਹੇ ਸਨ। ਵੈਸੇ ਇੱਧਰ ਨਾਨਕ ਮਤਾ ਸਾਹਿਬ ਵੀ ਮਹਾਰਾਜ ਗਏ। ਬਹੁਤ ਸਾਰੇ ਇਲਾਕਿਆਂ 'ਚ ਸਤਿਗੁਰੂ ਜੀ ਨੇ ਪ੍ਰਚਾਰ ਪ੍ਰਸਾਰ ਪਾਰਬ੍ਰਹਮ ਪਰਮੇਸ਼ਰ ਦੀ ਸਿੱਖੀ ਦਾ ਕੀਤਾ। ਬਾਰਾਮੂਲਾ 'ਚੋਂ ਲੰਘਦੇ ਜਾ ਰਹੇ ਸਨ ਅਤੇ ਮਹਾਰਾਜ ਜੀ ਦਾ ਘੋੜਾ ਇੱਕ ਜਗ੍ਹਾ ਰੁਕ ਗਿਆ। ਗੁਰੂ ਹਰਗੋਬਿੰਦ ਸਾਹਿਬ ਜੀ ਨੇ ਘੋੜਾ ਰੋਕਿਆ ਅਤੇ ਨਾਲਦਿਆਂ ਨੂੰ ਕਹਿਣ ਲੱਗੇ ਵੀ ਝਾੜੀ ਵਿੱਚੋਂ ਕਿਸੇ ਮਨੁੱਖੀ ਬੱਚੇ ਦੇ ਰੋਣ ਦੀ ਆਵਾਜ਼ ਆ ਰਹੀ, ਧਿਆਨਪੂਰਵਕ ਸਰਵਣ ਕਰਨਾ। ਉਹਨਾਂ ਇਸ ਤਰ੍ਹਾਂ ਕੰਨ 'ਤੇ ਹੱਥ ਰੱਖਿਆ। ਇਹ ਹੱਥ ਰੱਖਣ ਨਾਲ ਤਰੰਗਾਂ ਹਵਾ ਦੀਆਂ ਜ਼ਿਆਦਾ ਟਕਰਾਉਂਦੀਆਂ ਨੇ ਅਤੇ ਹੌਲੀ ਆਵਾਜ਼ ਵੀ ਸੁਣ ਜਾਂਦੀ। ਹੱਥ ਰੱਖ ਕੇ ਕਹਿਣ ਲੱਗੇ, ਗੁਰੂ ਪਿਤਾ, ਸਾਨੂੰ ਤਾਂ ਕਿਸੇ ਦੇ ਰੋਣ ਦੀ ਆਵਾਜ਼ ਨਹੀਂ ਸੁਣਾਈ ਪੈ ਰਹੀ। ਮਹਾਰਾਜ ਕਹਿੰਦੇ ਨੇ ਸਾਨੂੰ ਸੁਣਾਈ ਪੈ ਰਹੀ। ਦਰਅਸਲ ਇੱਕ ਬੱਚਾ ਸੀ ਬੜਾ ਕਰੂਪ, ਜਿਸ ਨੂੰ ਪੈਦਾ ਕਰਨ ਵਾਲੇ ਮਾਤਾ ਪਿਤਾ ਨੇ ਅਸ਼ੁਭ ਜਾਣ ਕੇ ਸੁੱਟ ਦਿੱਤਾ ਸੀ, ਵੀ ਮਰ ਜਾਏਗਾ। ਬਦਸੂਰਤ ਪੈਦਾ ਹੋਇਆ ਸੀ, ਅਬਨੋਰਮਲ ਸੀ। ਉਹਦੇ ਦੋ ਹੁੱਡਾਂ ਦੰਦਾਂ ਦੀਆਂ ਤਰ੍ਹਾਂ ਬਾਹਰ ਨਿਕਲੀਆਂ ਹੋਈਆਂ ਸਨ। ਮਸਤਕ ਵੀ ਤਖਤੇ ਵਾਂਗੂ ਅਤੇ ਕੰਨਾਂ ਦਾ ਸਾਈਜ਼ ਵੀ ਵੱਡਾ ਵੱਡਾ ਅਬਨੋਰਮਲ, ਅਤੇ ਅੱਖਾਂ ਦੀ ਜਿਹੜੀ ਦ੍ਰਿਸ਼ਟੀ ਸੀ ਉਹਦੇ 'ਚ ਟੀਰ ਸੀ ਬੜਾ ਜ਼ਿਆਦਾ, ਟੇਢੀ ਦ੍ਰਿਸ਼ਟੀ ਸੀ। ਉਹਨਾਂ ਜੋਤਸ਼ੀ ਬੁਲਾਇਆ, ਆਖਿਆ ਦੇਖੋ ਕੀ ਜੰਮ ਪਿਆ। ਉਹਨੇ ਕਿਹਾ ਇਹ ਤਾਂ ਕੋਈ ਪ੍ਰੇਤ ਆਤਮਾ, ਕੋਈ ਜਿੰਨ ਜੰਮ ਪਿਆ ਹੈ, ਬਾਹਰ ਸੁੱਟ ਦੇਵੋ, ਮਾਰ ਦੇਵੋ, ਤੁਹਾਡੇ 'ਤੇ ਬੜਾ ਭਾਰੂ ਹੈਗਾ। ਇਹ ਕਈ ਕਹਿੰਦੇ ਨੇ ਬਈ ਫਲਾਣੇ ਨੂੰ ਸ਼ਨਿਸ਼ਰ ਚੰਬੜ ਗਿਆ। ਸ਼ਨਿਸ਼ਰ ਗ੍ਰਹਿ ਧਰਤੀ ਤੋਂ ਇੰਨਾ ਕਰੋੜਾਂ ਮੀਲ ਦੂਰ ਹੈ ਅਤੇ ਚੰਬੜ ਕਿਵੇਂ ਜਾਏਗਾ ਆ ਕੇ। ਪਰਮਾਤਮਾ ਨੇ ਕੁਛ ਗਲਤ ਨਹੀਂ ਬਣਾਇਆ। ਕਿਸੇ ਨੂੰ ਮੰਗਲ ਚਮੜਾ ਦਿੰਦੇ ਨੇ, ਮੰਗਲਿਕ ਬਣਾ ਦਿੰਦੇ ਨੇ, ਕਿਸੇ ਨੂੰ ਸ਼ਨਿਸ਼ਰ ਚਮੜਾ ਦਿੰਦੇ ਨੇ ਅਤੇ ਕਿਸੇ ਨੂੰ ਕੁਝ ਹੋਰ ਚਮੜਾ ਦਿੰਦੇ ਨੇ। ਉਹਨਾਂ ਕੋਲ ਬੜੇ ਤਰੀਕੇ ਨੇ ਜਿਨ੍ਹਾਂ ਤੋਂ ਬੰਦਾ ਡਰਦਾ ਹੋਵੇ ਨਾ। ਰਾਹੂ ਕੇਤੂ, ਸਿਰ ਵੱਖਰਾ, ਧਰ ਵੱਖਰਾ, ਧੜ ਵੱਖਰਾ, ਸਾਡੇ ਵਿੱਚ ਵੀ ਕੁਝ ਹੈਗੇ ਨੇ ਜਿਨ੍ਹਾਂ ਨੇ ਬਾਬਾ ਦੀਪ ਸਿੰਘ ਜੀ ਨੂੰ ਬ੍ਰਹਮ ਗਿਆਨੀ ਸ਼ਹੀਦ ਨਹੀਂ ਰਹਿਣ ਦਿੱਤਾ, ਇੱਕ ਡਰਾਵਣਾ ਭੂਤ ਹੀ ਬਣਾ ਦਿੱਤਾ, ਜਗ੍ਹਾ ਜਗ੍ਹਾ ਉਹਦੇ ਦੀਪਕ ਜਲਾਈ ਜਾਂਦੇ ਨੇ। ਇਹ ਗਲਤ ਹੈਗਾ ਹੈ ਸਾਧ ਸੰਗਤ, ਹੋਰ ਕਿਸੇ ਸਿੱਖ ਦੀ ਗੱਲ ਨਹੀਂ ਹੈ। ਬਾਬਾ ਮਨੀ ਸਿੰਘ ਜੀ ਦੀ ਸ਼ਹਾਦਤ ਕੋਈ ਘੱਟ ਹੈ? ਭਾਈ ਤਾਰੂ ਸਿੰਘ ਜੀ ਦੀ ਸ਼ਹਾਦਤ ਕੋਈ ਘੱਟ ਹੈ? ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਦਿਆਲਾ, ਇਹਨਾਂ ਦੀਆਂ ਸ਼ਹਾਦਤਾਂ ਕੋਈ ਘੱਟ ਨੇ? ਪਰ ਇੱਕ ਤਰ੍ਹਾਂ ਦਾ ਸਾਡੇ ਵਿੱਚ ਇਹ ਵਹਿਮ ਹੀ ਜਾਗ ਪਿਆ ਬਈ ਸਾਡੇ ਕੰਮ ਬਾਬਾ ਦੀਪ ਸਿੰਘ ਜੀ ਕਰਨਗੇ। ਇੱਕ ਬੇਨਤੀ ਕਰਨਾ ਚਾਹੁੰਦਾ, ਸਿਆਣਾ ਸਿੱਖ ਜਗਤ ਬੈਠਾ ਹੈ, ਬੜੀਆਂ ਮਹਾਨ ਪਵਿੱਤਰ ਰੂਹਾਂ ਬੈਠੀਆਂ ਨੇ, ਜਿਸ ਦੇ ਘਰ ਵਾਸਤੇ ਕੋਈ ਆਪਣਾ ਸੀਸ ਦੇ ਦਿੰਦਾ ਹੈ, ਉਹ ਘਰ ਵੱਡਾ ਹੁੰਦਾ ਕਿ ਸੀਸ ਦੇਣ ਵਾਲਾ? ਵੱਡੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਉਹਨਾਂ ਦੀ ਪੂਜਾ, ਉਹਨਾਂ ਦਾ ਸਤਿਕਾਰ, ਉਹਨਾਂ ਦਾ ਅਦਬ ਅਤੇ ਉਹਨਾਂ ਦੀ ਪ੍ਰਾਰਥਨਾ। ਇਸ ਤਰ੍ਹਾਂ ਐਸਾ ਨਾ ਹੋ ਜਾਵੇ
ਕਿ 40 ਮੁਕਤਿਆਂ ਦਾ ਵੱਖ ਵੱਖ ਅਸੀਂ ਮੰਦਰ ਬਣਾ ਲਈਏ, ਬਾਬੇ ਦੀਪ ਸਿੰਘ ਦਾ ਵੱਖ ਬਣਾ ਲਈਏ ਅਤੇ ਹੋਰ ਸ਼ਹੀਦਾਂ ਦਾ ਵੱਖ ਵੱਖ ਬਣਾ ਲਈਏ। ਅਤੇ ਜੇ ਇਸ ਤਰ੍ਹਾਂ ਕਰਨ ਲੱਗ ਪਏ ਤਾਂ ਮੇਰੇ ਖਿਆਲ ਦਰਬਾਰ ਸਾਹਿਬ ਦੀਆਂ ਪਰਿਕਰਮਾ 'ਚ ਮੱਥਾ ਟੇਕਣ ਜੋਗੀ ਜਗ੍ਹਾ ਹੀ ਕੋਈ ਨਹੀਂ ਰਹਿਣੀ, ਕਿਉਂਕਿ ਬੜੇ ਸ਼ਹੀਦ ਹੋਏ ਹਰ ਜਗ੍ਹਾ, ਛੋਟੀਆਂ ਛੋਟੀਆਂ ਮੰਦਰੀਆਂ ਬਣ ਜਾਣਗੀਆਂ। ਨਹੀਂ ਹੋਰ ਕੁਛ ਨਹੀਂ ਕਰਨਾ, ਸਿਰਫ ਅਤੇ ਸਿਰਫ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ ਕਰਨਾ, ਜਿਨ੍ਹਾਂ ਨੇ ਸਦਕੇ ਜਾਂਦਿਆਂ ਮਹਾਰਾਜ ਤੋਂ ਆਪਣਾ ਜੀਵਨ ਭੇਟ ਕੀਤਾ ਉਹਨਾਂ ਨੂੰ ਨਤਮਸਤਕ ਹਾਂ। ਉਹਨਾਂ ਦੀ ਵੱਡੀ ਕੁਰਬਾਨੀ ਹੈ, ਪਰ ਵਡਿਆਈ ਗੁਰੂ ਨਾਲੋਂ ਵੱਡੀ ਕਿਸੇ ਦੀ ਵੀ ਨਹੀਂ ਹੈਗੀ। ਭਾਵੇਂ ਕੋਈ ਹੋਵੇ, ਗੁਰੂ ਨਾਲੋਂ ਵੱਡਾ ਨਹੀਂ। ਮੈਂ ਬੇਨਤੀ ਕਰਨਾ ਚਾਹੁੰਦਾ ਹਾਂ, ਵਡਿਆਈ ਸਤਿਗੁਰੂ ਜੀ ਦੀ ਹੈ। ਆਖਣ ਲੱਗੇ ਸਾਨੂੰ ਸੁਣਾਈ ਪੈ ਰਿਹਾ, ਮਹਾਰਾਜ ਘੋੜੇ ਤੋਂ ਉਤਰੇ, ਆਪਣੀ ਭਗੌਤੀ ਨਾਲ ਝਾੜੀਆਂ ਕੱਟੀਆਂ ਅਤੇ ਦੇਖਿਆ ਉਹ ਬੱਚਾ ਪਿਆ ਹੋਇਆ ਸੀ, ਖੂਨ ਨਾਲ ਲਿਬੜਿਆ ਹੋਇਆ ਸੀ, ਲੱਤ ਪੱਤ ਸੀ, ਗਲਾ ਬੈਠ ਗਿਆ ਸੀ, ਰੋ ਨਹੀਂ ਰਿਹਾ ਸੀ, ਗਲੇ ਦੀ ਖਰਾਸ਼ ਹੀ ਸੁਣ ਪਈ ਸੀ। ਮਹਾਰਾਜ ਮਰਨ ਕਿਨਾਰੇ ਸੀ, ਸਿੱਖਾਂ ਨੇ ਦੇਖਿਆ, ਕਿਹਾ ਮਹਾਰਾਜ ਨਾਲ ਲਿਆਂ ਨੇ ਦੇਖਿਆ, ਮਹਾਰਾਜ ਹੈ ਤੇ ਮਨੁੱਖੀ ਬੱਚਾ, ਪਰ ਪਿਆ ਰਹਿਣ ਦਿਓ, ਬੜਾ ਕੁਥਰਾ ਹੈਗਾ। ਕੁਥਰਾ ਕਸ਼ਮੀਰੀ ਭਾਸ਼ਾ ਦਾ ਸ਼ਬਦ, ਲਿਬੜਿਆ ਤਿਬੜਿਆ, ਮਲੀਨ, ਗੰਦਾ, ਕੂੜੇ ਕਰਕਟ ਨਾਲ ਭਰਿਆ ਹੋਇਆ, ਕੁਥਰਾ ਕਹਿ ਛੱਡਦੇ। ਮਹਾਰਾਜ ਗੁਰੂ ਗ੍ਰੰਥ ਸਾਹਿਬ ਜੀ 'ਚ ਵੀ ਇਹ ਸ਼ਬਦ ਹੈ, ਮੁਖ ਤਲੈ ਪੈਰ ਉੱਪਰੈ ਵਸੰਦੋ ਕੋਹਥੜੇ ਥਾਂ। ਕਈ ਕੁਹੱਥੜੇ ਥਾਂ ਇਹ ਪੜ੍ਹਦੇ ਨੇ, ਕੁਹੱਥੜੇ ਸ਼ਬਦ ਨਹੀਂ ਕੋਹਥੜੇ। ਕੋਹਥੜੇ ਦਾ ਮਤਲਬ ਹੈ ਭੈੜੇ ਥਾਂ, ਮਲ ਮੂਤਰ ਵਾਲੇ ਥਾਂ। ਮਹਾਰਾਜ ਹੈ ਤੇ ਮਨੁੱਖੀ ਬੱਚਾ ਹੀ ਲੱਗਦਾ, ਪਰ ਹੈ ਬੜਾ ਕੋਥਰਾ। ਗੁਰਦੇਵ ਪਾਤਸ਼ਾਹ ਜੀ ਨੇ ਇੱਕ ਵਾਰੀ ਆਖੋ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ, ਇੱਕ ਵਾਰੀ ਫਿਰ ਆਖੋ ਜੀ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਆਪਣੇ ਕਟਾਰ ਨਾਲ ਨਾੜੂਆ ਕੱਟ ਦਿੱਤਾ, ਆਪਣੇ ਰੁਮਾਲ ਨਾਲ ਨਾੜੂਆ ਬੰਨ ਦਿੱਤਾ ਅਤੇ ਆਪਣੇ ਜਲ ਨਾਲ ਇਸ਼ਨਾਨ ਕਰਵਾਇਆ, ਆਪਣੇ ਕਮਰ ਕੱਸੇ ਨਾਲ ਪੂੰਝਿਆ ਅਤੇ ਗਲ ਨਾਲ ਲਾ ਕੇ ਕਹਿਣ ਲੱਗੇ, ਹਾਂ ਤੁਸੀਂ ਠੀਕ ਹੀ ਕਹਿੰਦੇ ਹੋ, ਹੈ ਤਾਂ ਬੜਾ ਕੁਥਰਾ, ਪਰ ਕੋਈ ਗੱਲ ਨਹੀਂ, ਸਾਡੇ ਨਾਲ ਰਹੇਗਾ ਅਤੇ ਆਪੇ ਸੁਥਰਾ ਹੋ ਜਾਏਗਾ। ਉਹ ਸੁਥਰੇ ਦੀਆਂ ਤੁਸੀਂ ਅਨੇਕਾਂ ਹੀ ਸਾਖੀਆਂ ਸੁਣੀਆਂ। ਬ੍ਰਹਮ ਗਿਆਨੀ ਪੁਰਖ ਹੋਇਆ, ਜੁੜਿਆ ਹੋਇਆ, ਹਿਰਦਾ ਹੋਇਆ, ਮਹਾਰਾਜ ਨੇ ਕੁਥਰਿਆਂ ਨੂੰ ਸੁਥਰਾ ਬਣਾ ਦਿੱਤਾ। ਕੁਥਰੀ ਮਨੁੱਖਤਾ ਨੂੰ, ਮਰਦੀ ਮਨੁੱਖਤਾ ਨੂੰ, ਮਾਂ ਬਾਪ ਦੇ ਘਰੋਂ ਕੱਢੀ ਹੋਈ ਮਨੁੱਖਤਾ ਨੂੰ, ਜੰਗਲਾਂ ਦੇ ਕੰਡਿਆਂ ਵਿੱਚ ਵਿੱਝੀ ਹੋਈ ਮਨੁੱਖਤਾ ਨੂੰ ਰੂਹੇ ਜ਼ਮੀਨ 'ਤੇ ਚੁੱਕ ਕੇ ਗਲ ਨਾਲ ਲਾਉਣ ਵਾਲਾ ਅਤੇ ਕੁਥਰਿਆਂ ਨੂੰ ਸੁਥਰੇ ਬਣਾਉਣ ਵਾਲਾ ਅਗਰ ਦਾਤਾ ਕੋਈ ਜਗਤ 'ਤੇ ਦਿਖਾਈ ਪੈਂਦਾ ਹੈ ਤਾਂ ਉਹਨਾਂ ਦਾ ਨਾਮ ਹੈ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ, ਜਿਨ੍ਹਾਂ ਦਾ ਆਪ ਜੋਤੀ ਜੋਤ ਦਿਹਾੜਾ ਮਨਾ ਰਹੇ ਹੋ। ਬੜੀ ਪ੍ਰੇਮ ਨਾਲ, ਇਕਾਗਰਤਾ ਨਾਲ ਆਪਨੇ ਸਰਵਣ ਕੀਤਾ, ਵਕਤ ਦਾ ਤਕਾਜ਼ਾ ਹੈ। ਪੰਗਤੀਆਂ ਮਹਾਰਾਜ ਦੀਆਂ ਬੜੀਆਂ ਮਹਾਨ ਨੇ, ਗੁਰਦਾਤਾ ਗੁਰ ਹਿਵੈ ਕਰ, ਗੁਰ ਦੀਪਕ ਤਿਉਂ ਲੋਏ, ਅਮਰ ਪਦਾਰਥ ਨਾਨਕਾ ਮਨ ਮਾਨਿਆ ਸੁਖ ਹੋਏ। ਜੇ ਗੁਰੂ ਦੀ ਇਸ ਵਡਿਆਈ ਨੂੰ ਮਨ 'ਚ ਪ੍ਰਵਾਨ ਕਰ ਲਈਏ ਤਾਂ ਹਰ ਤਰ੍ਹਾਂ ਦਾ ਸੁੱਖ ਝੋਲੀ 'ਚ ਪੈ ਜਾਂਦਾ ਹੈ। ਸਤਿਗੁਰੂ ਸਭ ਦੀਆਂ ਝੋਲੀਆਂ ਬਰਕਤ ਨਾਲ ਭਰ ਕੇ ਨਿਵਾਜਣ, ਰਹਿਮਤਾਂ ਦੀ ਦਾਤ ਝੋਲੀ 'ਚ ਪਾਉਣ। ਦਾਸ ਧੰਨਵਾਦੀ ਹੈ ਸਾਡੇ ਸਤਿਕਾਰਯੋਗ ਪ੍ਰਬੰਧਕਾਂ ਦਾ, ਪ੍ਰਧਾਨ ਜੀ ਦਾ, ਬਹੁਤ ਸੇਵਾ ਇਸ ਅਸਥਾਨ 'ਤੇ ਚੱਲਦੀ ਪਈ ਹੈ। ਮੈਂ ਨਤਮਸਤਕ ਹੋ ਜਾਂਦਾ, ਜਿਨ੍ਹਾਂ ਬੱਚਿਆਂ ਨੂੰ ਮਾਤਾ ਪਿਤਾ ਵੀ ਨਹੀਂ ਪਾਲ ਸਕਦੇ, ਉਹ ਵਿਚਾਰੇ ਡਿਸੇਬਲ ਨੇ, ਉਹਨਾਂ ਦਾ ਜੀਵਨ ਦੁੱਖ ਨਾਲ ਭਰਿਆ ਹੈ, ਉਹਨਾਂ ਨੂੰ ਘਰਾਂ ਤੋਂ ਲਿਆ ਕੇ ਅਤੇ ਜਿਵੇਂ ਮਾਂ ਬੱਚਿਆਂ ਨੂੰ ਸੰਭਾਲਦੀ ਹੈ ਇਸ ਤਰ੍ਹਾਂ ਸੰਭਾਲਣਾ, ਸੇਵਾ ਕਰਨਾ, ਇਹ ਤੁਹਾਡੇ ਇਸ ਅਸਥਾਨ ਤੋਂ ਚੱਲਦਾ। ਜਿਹੜੇ ਬਾਹਰ ਬਿਮਾਰੀਆਂ ਦੇ ਟੈਸਟ ਬੜੇ ਮਹਿੰਗੇ ਨੇ, ਉਹ ਨਾਮ ਮਾਤਰ ਲਾਗਤ ਮਾਤਰ 'ਤੇ ਕਰਕੇ ਤੁਹਾਨੂੰ ਦਿੱਤੇ ਜਾਂਦੇ ਨੇ।
ਬੜਾ ਸੋਹਣਾ ਹਸਪਤਾਲ ਚੱਲ ਰਿਹਾ, ਡਿਸੇਬਲ ਬੱਚਿਆਂ ਦੀ, ਮੈਂਟਲੀ ਡਿਸਟਰਬ ਬੱਚਿਆਂ ਦੀ ਸੇਵਾ ਸੰਭਾਲ ਹੋ ਰਹੀ ਹੈ, ਲੰਗਰ ਚੱਲ ਰਹੇ ਨੇ ਅਤੇ ਨਾਲ ਗੁਰੂ ਸ਼ਬਦ ਦਾ ਲੰਗਰ ਵੀ ਚੱਲ ਰਿਹਾ। ਸਤਿਗੁਰੂ ਪਾਤਸ਼ਾਹ ਆਪਣੇ ਦਰ ਦੇ ਸਾਰੇ ਹੀ ਪ੍ਰਬੰਧਕ ਸੇਵਾਦਾਰਾਂ ਨੂੰ, ਪ੍ਰਧਾਨ ਜੀ, ਸਕੱਤਰ ਜੀ, ਸਾਡੇ ਮੈਨੇਜਰ ਸਾਹਿਬ, ਮਾਨਨੀਯ ਹੈੱਡ ਗ੍ਰੰਥੀ ਸਾਹਿਬ, ਇਹਨਾਂ ਸਾਰਿਆਂ ਨੂੰ ਗੁਰੂ ਤੌਫੀਕ ਬਖਸ਼ੇ, ਜੀਵਨ ਬਖਸ਼ੇ। ਸੰਗਤਾਂ ਵਿੱਚ ਵਿਚਰਦਿਆਂ ਵੀ ਪਤਾ ਚੱਲ ਜਾਂਦਾ ਸਾਰੇ ਸੰਗਤ ਚੰਗਾ ਭਲਾ ਔਰ ਪ੍ਰੇਮ ਨਾਲ ਸਨਮਾਨ ਨਾਲ ਜ਼ਿਕਰ ਕਰਦੀ ਹੈ। ਮੇਰੇ ਮਨ ਵਿੱਚ ਵੀ ਇਸ ਅਸਥਾਨ ਦਾ ਅਤੇ ਆਪ ਸਭ ਸੰਗਤਾਂ ਦਾ ਗਹਿਰਾ ਪ੍ਰਭਾਵ ਹੈ। ਫਿਰ ਜਦੋਂ ਕਦੀ ਸਮਾਂ ਬਣਿਆ ਤਾਂ ਆਪ ਜੀ ਦੇ ਚਰਨ ਪਰਸਾਂਗੇ। ਹੁਣ ਇਸ ਵਾਰੀ ਇਤਨਾ ਹੀ ਸਮਾਂ ਬਣ ਸਕਿਆ। ਵੈਸੇ ਮੈਂ ਪੂਰਾ ਹਫ਼ਤਾ ਮੰਨਿਆ ਸੀ, ਪਰ ਮੈਨੂੰ ਮੈਸੇਜ ਆਇਆ ਵੀ 22 ਤਰੀਕ ਸਵੇਰ ਤੱਕ ਹੈ, ਅਤੇ ਮੈਂ ਸੋਚਿਆ ਵੀ